ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਆਪਾਂ ਅੱਗੇ ਵੀ ਇਸ ਮੁੱਦੇ ਦੇ ਉੱਤੇ ਕਈ ਵਾਰੀ ਗੱਲ ਕੀਤੀ ਆ, ਬਟ ਅੱਜ ਮੈਂ ਤੁਹਾਡੇ ਨਾਲ ਇੱਕ ਆਫੀਸ਼ੀਅਲ ਡਾਕੂਮੈਂਟ, ਸੋ ਸਾਡੇ ਕਲਾਇੰਟ ਨੇ ਜਿਨ੍ਹਾਂ ਨੂੰ ਇਹ ਇੱਕ ਸਰਕਾਰੀ ਲੈਟਰ ਆਈ ਹੈਗੀ ਆ, ਅਤੇ ਇਸ ਦੇ ਵਿੱਚ ਇੱਕ ਜਿਹੜੀ ਲਾਈਨ ਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗਿਆ। ਉਹਨਾਂ ਨੇ ਕਾਫੀ ਜ਼ਿਆਦਾ ਡਾਕੂਮੈਂਟਸ ਮੰਗੇ ਜਦੋਂ ਉਹਨੇ ਇਸ ਬੰਦੇ ਨੇ PR ਦੀ ਫਾਈਲਿੰਗ ਲਾਈ ਹੈ, ਅਤੇ ਇਹਨੂੰ 5 ਦਿਨ ਦਿੱਤੇ ਆ। ਉਸ ਵਿੱਚ ਇੱਕ ਡਾਕੂਮੈਂਟ ਮੰਗਿਆ ਹੈਗਾ, ਲਿਸਟ ਆਫ ਈਮੇਲ ਐਡਰੈਸਿਸ ਦੈਟ ਯੂ ਹੈਵ ਯੂਜ਼ਡ ਫਰੋਮ 2021 to 2023। ਇਹਦਾ ਮਤਲਬ ਕੀ ਹੈਗਾ ਆ, ਇਸ ਬੰਦੇ ਨੇ ਜਾਂ ਕਿਸੇ ਵੀ ਬੰਦੇ ਨੇ ਜਦੋਂ ਇੰਡੀਆ ਤੋਂ ਫਾਈਲ ਲਗਵਾਉਂਦੇ ਆ ਅਤੇ RCICs ਦੇ ਥਰੂ ਫਾਈਲਸ ਨਹੀਂ ਲਗਵਾਉਂਦੇ, ਉਦੋਂ ਕੀ ਹੁੰਦਾ ਕਿ ਝੂਠੇ ਈਮੇਲ ਐਡਰੈਸਿਸ ਕ੍ਰੀਏਟ ਕੀਤੇ ਜਾਂਦੇ ਨੇ। ਇਹ ਸ਼ੋਅ ਕੀਤਾ ਜਾਂਦਾ ਕਿ ਇਹ ਈਮੇਲ ਐਡਰੈਸ ਸਟੂਡੈਂਟ ਦਾ ਈਮੇਲ ਐਡਰੈਸ ਹੈਗਾ ਆ, ਅਤੇ ਉਹ ਈਮੇਲ ਐਡਰੈਸ ਐਕਚੁਅਲ ਸਟੂਡੈਂਟ ਨੂੰ ਬਿਲੋਂਗ ਨਹੀਂ ਕਰਦਾ ਹੁੰਦਾ। ਇਸ ਬੰਦੇ ਤੋਂ ਵੀ ਸਿਮਿਲਰ ਚੀਜ਼ਾਂ ਹੋ ਰਹੀਆਂ ਨੇ ਕਿ ਇਸ ਤੋਂ ਉਹ ਸਾਰੇ ਪੀਰੀਅਡ ਦੀਆਂ ਈਮੇਲ ਐਡਰੈਸਿਸ ਮੰਗੇ ਜਾ ਰਹੇ ਨੇ ਕਿ ਐਕਚੁਅਲ ਦੇ ਵਿੱਚ ਇਹ ਫਾਈਲ ਜਿਹੜੀ ਸੀ ਜਾਂ ਜਿੰਨੀਆਂ ਵੀ ਫਾਈਲਸ ਲਾਈਆਂ ਜਿੱਥੇ ਇਹਨਾਂ ਨੇ ਇਹ ਨਹੀਂ ਮੈਨਸ਼ਨ ਕੀਤਾ ਕਿ ਇਹ ਕਿਸੇ ਕੰਸਲਟੈਂਟ ਦੇ ਥਰੂ ਫਾਈਲ ਲੱਗੀਆਂ ਨੇ, ਕਿ ਉਹ ਸਟੂਡੈਂਟ ਨੇ ਲਾਈਆਂ ਕਿ ਨਹੀਂ। ਅਗਰ ਤਾਂ ਸਟੂਡੈਂਟ ਨੇ ਲਾਈਆਂ ਹੋਣਗੀਆਂ ਤਾਂ ਉਹਦੇ ਕੋਲ ਉਹ ਸਾਰੇ ਈਮੇਲ ਐਡਰੈਸਿਸ, ਲੋਗਿਨਸ ਵਗੈਰਾ ਸਾਰਾ ਕੁਝ ਹੋਣਗੇ, ਪਰ ਅਗਰ ਸਟੂਡੈਂਟ ਤੋਂ ਨਹੀਂ ਲੱਗੇ ਹੋਣਗੇ ਤਾਂ ਅਫਕੋਰਸ ਨਹੀਂ ਹੋਣਗੇ। ਔਰ ਇੱਥੇ ਆ ਕੇ ਪ੍ਰੋਬਲਮ ਆਉਂਦੀ ਹੈਗੀ ਆ। ਇਸੇ ਵਾਸਤੇ ਮੈਂ ਕਹਿੰਦਾ ਹੈ ਕਿ ਜਿਹੜੇ ਸਟੂਡੈਂਟਸ RCICs ਦੇ ਥਰੂ ਫਾਈਲਸ ਨਹੀਂ ਲਗਵਾਉਂਦੇ ਆ, ਗੋਸਟ ਕੰਸਲਟੈਂਟਸ ਦੇ ਥਰੂ ਫਾਈਲਾਂ ਲਗਵਾਉਂਦੇ ਨੇ, ਉਹਨਾਂ ਨੂੰ ਅੱਜ ਨਹੀਂ ਤਾਂ ਕੱਲ੍ਹ ਜਦੋਂ PR ਤੱਕ ਉਹਨਾਂ ਦੇ ਉੱਤੇ ਕਿਰਪਾਨ ਲਟਕਦੀ ਹੁੰਦੀ ਹੈ, ਕਿਉਂਕਿ ਤੁਸੀਂ ਇੱਕ ਇਲੀਗਲ ਕੰਮ ਕੀਤਾ ਆ। ਯੂਜ਼ਿੰਗ ਅ ਗੋਸਟ ਕੰਸਲਟੈਂਟ ਇਜ਼ ਇਲੀਗਲ। ਜਿੱਥੇ ਉਹ ਕੰਸਲਟੈਂਟ ਗਲਤ ਕੰਮ ਕਰ ਰਿਹਾ ਉੱਥੇ ਤੁਸੀਂ ਵੀ ਗਲਤ ਕੰਮ ਕਰ ਰਹੇ ਹੋ, ਕਿਉਂਕਿ ਤੁਸੀਂ ਉਹਨਾਂ ਕੰਸਲਟੈਂਟਸ ਨੂੰ ਯੂਜ਼ ਕਰਦੇ ਪਏ ਹੋ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਕੋਈ ਮਾਨਤਾ ਪ੍ਰਾਪਤ ਨਹੀਂ ਹੈਗੀ।